ਕੋਈ ਚੀਜ਼ ਜਿਹੜੀ ਹੈ ਮਿਲਦੀ ਹੈ ਜਿਹਦੇ ਕਰਕੇ ਦੋਨਾਂ ਦਾ ਆਪਸੀ ਤਾਲਮੇਲ ਲੱਗਦਾ ਜੀ? ਤੇ ਤਾਲਮੇਲ ਇਸ ਬਾਤ ਸੇ ਆਤੀ ਹੈ ਕਿ ਆਖਿਰ ਮੈਂ ਗੁਰੂ ਗੋਬਿੰਦ ਸਿੰਘ ਵੀ ਦੇਖੇ ਜੀ, ਇਤਨਾ ਅਤਿਆਚਾਰ ਥਾ, ਸਿਰਫ ਪਾਂਚ ਲੋਕੋਂ ਕੋ ਰੱਖਣ ਉਹਨੇ ਦੇਸ਼ ਬਦਲ ਦੀ ਜੀ। ਤੋ ਹਮ ਤੋ ਸਮਝਤੇ ਹੈ ਕਿ ਚੰਦਰਸ਼ੇਖਰ ਵੀ ਇਸੀ ਪ੍ਰਕਾਰ ਕੇ ਥੇ, ਭਿੰਡਰੇ ਵਾਲੋ ਕੀ ਜੋ ਲੋਕ ਠੀਕ ਸੇ ਸਮਝੇ ਜੀ, ਵੋ ਵੀ ਐਸੇ ਹੀ ਬਦਲ ਜਾਤੇ ਥੇ ਜੀ। ਵੋ ਜ਼ਿਆਦਾਤਰ ਜੋ ਮੇਰੀ ਬਾਤ ਉਹਨਾਂ ਸੇ ਹੋਤੀ ਥੀ, ਵੋ ਨੈਤਿਕਤਾ ਪਰ ਹੋਤੀ ਥੀ ਜੀ, ਕਿ ਕਿਤਨੇ ਸਿੱਖ ਗਿਰ ਗਏ ਹੈ, ਖਰਾਬ ਹੋ ਗਏ ਹੈ, ਉਨਕੋ ਕੈਸੇ ਸੁਧਾਰਨਾ ਹੈ, ਉਨਕੋ ਮਹਿਲਾਓਂ ਕੇ ਸਾਥ ਕੈਸਾ ਅੱਛਾ ਵਿਵਹਾਰ ਕਰਨਾ ਚਾਹੀਏ, ਡਰਗ ਕੋ ਛੋੜ ਦੇਣਾ ਚਾਹੀਏ, ਉਨਕੇ ਸਾਰੇ ਪ੍ਰਵਚਨ ਮੇਂ ਯਹੀ ਬਾਤ ਹੋਤੀ ਥੀ, ਲੇਕਿਨ ਬਾਹਰ ਰਿਪੋਰਟ ਉਲਟਾ ਹੋਤੀ ਥੀ। ਤੋ ਹਮ ਲੋਗ ਕਾ ਹਮਾਰੀ ਵਾਰੀ ਥੀ। ਆਪਸੇ ਕਿਤਨੀ ਬਾਰ ਮਿਲੇ? ਮੈਂ ਕੁੱਲ ਮਿਲਾ ਕਰਕੇ 4-5 ਬਾਰ ਮਿਲਾ। ਆਪਕਾ ਪਹਿਲੀ ਵਾਰ ਉਨਸੇ ਮਿਲਨੇ ਕਾ ਇਰਾਦਾ ਕਿਆ ਹੁਆ, ਔਰ ਕੁਛ ਘਰ ਮੇਂ ਯਾ ਦੋਸਤੋ ਮਿੱਤਰੋ ਨੇ ਆਪਕੋ ਨਹੀਂ ਕਹਾ ਕਿ ਉਹ ਕਿਸਕੇ ਪਾਸ? ਡਰਾਨੇ ਵਾਲੇ ਤੋ ਬਹੁਤ ਨਹੀਂ। ਪਹਿਲੀ ਬਾਰ ਮੈਂ ਮਿਲਾ ਜਬ ਪਾਰਲੀਮੈਂਟ ਮੇਂ ਪੀਸੀ ਸੇਠੀ ਜਬ ਹੋਮ ਮਿਨਿਸਟਰ ਥੇ, ਉਨ੍ਹਾਂ ਉੱਠ ਕਰ ਕਹਾ ਕਿ ਖਾਲਿਸਤਾਨ ਕਾ ਹੈਡਕੁਆਟਰਸ ਰੂਮ ਨੰਬਰ 32 ਨਾਨਕ ਨਿਵਾਸ ਮੇਂ ਜੀ ਜੀ। ਔਰ ਉਨ੍ਹਾਂ ਫਿਰ ਕਹਾ ਕਿ ਪ੍ਰਿੰਟਿੰਗ ਪ੍ਰੈਸ ਹੈ, ਯੇ ਹੈ, ਵੋ ਹੈ। ਤੋ ਮੈਨੇ ਸੋਚਾ ਕਿ ਕਿਉਂ ਨਾ ਜਾ ਕਰ ਦੇਖੇ ਰੂਮ ਨੰਬਰ 32 ਜੀ। ਤੋ ਸਭ ਨੇ ਕਹਾ ਕਿ ਮਤ ਜਾ, ਉਹ ਤੋ ਭਿੰਡੇ ਵਾਲੇ ਕੇ ਕਬਜ਼ੇ ਮੇਂ ਹੈ, ਉਹ ਤੋ ਆਪਕੋ ਜਾਣ ਹੀ ਨਹੀਂ ਦੇਗਾ। ਤੋ ਮੈਨੇ ਹਮਾਰੀ ਜਨਤਾ ਪਾਰਟੀ ਕੇ ਕਾਰਯਕਰਤਾ ਕੋ ਭੇਜਾ ਭਿੰਡੇ ਵਾਲੇ ਜੀ ਕੇ ਪਾਸ, ਔਰ ਕਹਾ ਕਿ ਵੋ ਪਤਾ ਕਰੋ ਕਿ ਮੈਂ ਆ ਸਕਤਾ ਹੂੰ, ਔਰ ਰੂਮ ਨੰਬਰ 32 ਦੇਖ ਸਕਤਾ ਹੂੰ। ਤੋ ਮੈਸੇਜ ਆਇਆ ਕਿ ਆਇਓ ਔਰ ਮੁਝਸੇ ਵੀ ਮਿਲ ਲੋ। ਅੱਛਾ ਹਾਂ। ਤੋ ਉਸ ਸਮੇਂ ਛੱਤ ਮੇਂ ਬੈਠਤੇ ਥੇ ਜੀ, ਗੁਰੂ ਰਾਮਦਾਸ ਲੰਗਰ। ਤੋ ਫਿਰ ਮੈਂ ਗਿਆ, ਬਗਲ ਕੀ ਬਿਲਡਿੰਗ ਥੀ ਵੋ ਨਾਨਕ ਨਿਵਾਸ ਜੀ, ਵਹਾਂ ਮੈਂ ਗਿਆ, 32 ਮੈਂ ਦਰਵਾਜ਼ਾ ਖਟਖਟਾਇਆ, ਉਸਕੀ ਵੀਡੀਓ ਹੈ, ਕਈ ਦੂਰਦਰਸ਼ਨ ਸਭ ਨੇ ਦਿਖਾਇਆ ਥਾ ਉਸ ਸਮੇਂ ਜੀ। ਔਰ ਇੱਕ ਲੜਕਾ ਨੇ ਦਰਵਾਜ਼ਾ ਖੋਲਾ, ਔਰ ਅੰਦਰ ਦੇਖਾ ਇੱਕ ਚਾਰਪਾਈ, ਔਰ ਚਾਏ ਬਣਾਉਣ ਕੇ ਲਈ ਇੱਕ ਆਗ ਕੀ ਚੁਨਾਵ ਹੈ। ਤੋ ਮੈਨੂੰ ਆਸ਼ਚਰਯ ਹੋਇਆ, ਕਹਾਂ ਗਿਆ ਪ੍ਰਿੰਟਿੰਗ ਪ੍ਰੈਸ, ਕਹਾਂ ਗਿਆ ਹਥਿਆਰ, ਕਹਾਂ ਗਿਆ ਹੈਡਕੁਆਟਰ, ਇਹ ਛੋਟੀ ਸੀ ਰੂਮ ਮੇਂ ਹੈਡਕੁਆਟਰ ਗਾਇਬ ਕਰ ਦਿਆ ਰਾਤ ਨੂੰ। ਹੋ ਵੀ ਨਹੀਂ ਸਕਤਾ, ਫਿਟ ਵੀ ਨਹੀਂ ਹੋ ਸਕਤਾ। ਤੋ ਮੈਂ ਫਿਰ ਆਇਆ, ਸੰਤ ਜੀ ਸੇ ਮਿਲਾ ਜੀ, ਸੰਤ ਜੀ ਉੱਪਰ ਬੈਠੇ ਥੇ, ਤੋ ਉਹਨੇ ਸਭ ਕੋ ਬਤਾਇਆ ਹਮਾਰੇ ਐਮਰਜੈਂਸੀ ਕਾ, ਯੇ ਬਹਾਦੁਰ ਹੈ, ਯੇ ਸ਼ੇਰ ਹੈ, ਯੇ ਕਿਸੀ ਡਰਤਾ ਨਹੀਂ, ਐਮਰਜੈਂਸੀ ਮੇਂ ਕਿਸਨੇ ਯੇ ਐਸਾ ਕਿਆ ਵੈਸੇ। ਫਿਰ ਬੈਠ ਕੇ ਬਾਤਚੀਤ ਸੀ, ਮੈਨੇ ਕਹਾ ਕਿ ਯੇ ਸਾਰਾ ਰੂਮ ਨੰਬਰ 32 ਕਾ ਯੇ ਜੋ ਝੂਠ ਚੱਲ ਰਹੀ ਹੈ, ਇਸਕੋ ਆਪ ਖੰਡਨ ਕਿਉਂ ਨਹੀਂ ਕਰਤੇ ਜੀ? ਕਹਾ ਕਿ ਮੈਂ ਕਰਤੇ ਕਰਤੇ ਥੱਕ ਗਿਆ, ਕੋਈ ਛਾਪਤਾ ਹੀ ਨਹੀਂ ਹੈ, ਕਿਉਂਕਿ ਦਿਮਾਗ ਪਹਿਲੇ ਸੇ ਬਣ ਗਿਆ ਹੈ। ਤੋ ਫਿਰ ਮੈਨੇ ਕਹਾ ਕਿ